ये एक मेरे पिंड का किसान आ जिहड़ा तरलोचन सिंह, इहदा जिहड़ा सहायक धंधा डेयरी का अपनाया होया सीगा। लंबे समय तो इहदा गुजारा जिहड़ा घर दा डेयरी दे सिर ते चल रहा सी। सरकार कह रही आ एक आपदे जिहड़े साइड बिजनेस ने सहायक धंधे ने गे इन्हां नूं चलाओ, जिवें ये किसान की डेयरी का कम सीगा इहदा बहुत ज़्यादा नुकसान होया। सैडा जिहड़ा दा 7-8 लाख रुपये का सैड का नुकसान होया। 3 इहदियां मझां ने जिहड़ियां 3-4 लाख रुपये दियां वह मर चुकियां ने। सरकार साढ़े किसान की बांह फड़े, असीं इस दी जिहड़ी मदद आ गई जोर पोर ना करांगे। ਜਥੇਬੰਦੀ ਵੱਲੋਂ ਅਪਰੋਚ, ਹਾਂ ਜਥੇਬੰਦੀ ਵੱਲੋਂ ਸਾਡੀ ਅਪਰੋਚ ਕੀਤੀ ਜਾਊ। ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦੇਵਾਂਗੇ, ਇਸ ਬੰਦੇ ਦਾ ਜਿਹੜਾ ਸਾਡਾ ਸਾਥ ਆ ਜਥੇਬੰਦੀ ਵੱਲੋਂ ਦਿੱਤਾ ਜਾਊ। ਇਹ ਜੀ ਆਪਣੇ ਤਰਲੋਚਨ ਸਿੰਘ ਨੇ, ਸਾਡੇ ਪਿੰਡ ਦਾ ਏਰੀਆ ਪੈਂਦਾ ਇਹ, ਤੇ ਰੈਸ ਰੋਡ ਦੇ ਉੱਤੇ ਇਹਨਾਂ ਦਾ ਫਾਰਮ ਹਾਊਸ ਹੈ ਤੇ ਡੇਰੀ ਫਾਰਮ ਹੈ। ਬਹੁਤ ਵੱਡਾ ਰਾਤ ਜੋ ਤੂਫਾਨ ਆਇਆ ਤਾਂ ਇਹਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ, ਸਾਰਾ ਸ਼ੈਡ ਉੱਡ ਕੇ, ਬਲਕਿ ਜਿੱਥੇ ਇਹਨਾਂ ਦੀ ਰਿਹਾਇਸ਼ ਆ ਉਹਦੇ ਉੱਤੇ ਜਾ ਟ ਗਿਆ। ਉਹ ਸਾਰਾ ਚਾਰ ਦੀਵਾਰੀ ਵਗੈਰਾ ਢਹਿ ਗਈ ਅਤੇ 3 ਪਸ਼ੂਆਂ ਦਾ ਵੀ ਨੁਕਸਾਨ ਹੋ ਗਿਆ, ਕੁਛ ਪਸ਼ੂ ਜ਼ਖਮੀ ਵੀ ਹੋਏ ਨੇ ਅਤੇ ਬਹੁਤ ਵੱਡੇ ਪੱਧਰ 'ਤੇ ਨੁਕਸਾਨ ਹੋਇਆ। ਇੱਥੇ ਸਾਰੇ 3 ਪਿੰਡਾਂ ਦੇ ਲੋਕ ਇਕੱਠੇ ਹੋਏ ਨੇ ਅਤੇ ਅਸੀਂ ਮੰਗ ਕਰਦੇ ਹਾਂ ਵੀ ਪ੍ਰਸ਼ਾਸਨ ਹਾਲੇ ਤੱਕ ਹਰਕਤ ਵਿੱਚ ਨਹੀਂ ਆਇਆ ਕੋਈ, ਅਤੇ ਜਲਦੀ ਤੋਂ ਜਲਦੀ ਸਾਡੇ MLA ਸਾਹਿਬ ਨੂੰ, ਕੁਲਵੰਤ ਸਿੰਘ ਪੰਡੂਰੀ ਹਲਕੇ ਤੋਂ, ਉਹਨਾਂ ਨਾਲ ਵੀ ਗੱਲ ਹੋਈ ਹੈ। ਉਹ ਕਹਿੰਦੇ ਮੈਂ ਚੰਡੀਗੜ੍ਹ ਆ, ਮੈਂ ਆ ਰਿਹਾ ਹੁਣੀ, ਅਤੇ ਪਰ ਪ੍ਰਸ਼ਾਸਨ ਨੂੰ ਚਾਹੀਦਾ ਵੀ ਆ ਕੇ ਮੌਕਾ ਦੇਖਣ ਤਾਂ ਕਿ ਲੋਕ ਇੱਥੇ ਇਕੱਠੇ, ਅਸੀਂ ਮਲਬਾ ਵੀ ਹਟਾਉਣਾ ਸਾਰਾ, ਅਤੇ ਮਲਬਾ ਹਟਾਇਆ ਜਾਵੇ, ਨਾਲੇ ਜਿਹੜੇ ਪਸ਼ੂਆਂ ਦਾ ਨੁਕਸਾਨ ਹੋਇਆ ਉਹਨਾਂ ਦਾ ਪੋਸਟਮਾਰਟਮ ਕਰਨ ਲਾ ਕੇ, ਅਤੇ ਨਾਲੇ ਆਪਣੇ ਇਹਨਾਂ ਦੀ ਦਵਾਈ ਬੂਟੀ ਕਰਨ। ਪਹਿਲਾਂ ਲੜਕੇ ਦਾ ਨੁਕਸਾਨ ਹੋਇਆ ਨੇ, ਇਸ ਪਰਿਵਾਰ ਬਹੁਤ ਦੁਖੀ ਪਰਿਵਾਰ ਹੈ। ਇਹਨਾਂ ਦਾ ਨੌਜਵਾਨ ਲੜਕਾ ਪਿੱਛੇ ਜੇ 6 ਮਹੀਨੇ ਹੋ ਗਏ, ਉਹਦੀ ਐਕਸੀਡੈਂਟ 'ਚ ਮੌਤ ਹੋ ਗਈ ਸੀ, ਅਤੇ ਇਹ ਮਤਲਬ ਲੋੜਵੰਦ ਪਰਿਵਾਰ ਹੈ ਜੀ ਇਹਨਾਂ ਦੀ। ਬਾਕੀ ਵੱਧ ਤੋਂ ਵੱਧ DC ਸਾਹਿਬ ਇਹਨਾਂ ਦਾ ਕੇਸ ਬਣਾ ਕੇ ਭੇਜਣ, ਅਤੇ ਸਰਕਾਰ ਵੱਲੋਂ ਜਿਸ ਤਰ੍ਹਾਂ ਪਿੱਛੇ ਗੜੇਮਾਰੀ ਵਾਲੇ ਉਹ ਹੋਏ ਸੀ ਉਹਨਾਂ ਨੂੰ ਮੁਆਵਜ਼ਾ ਮਿਲਿਆ, ਅਤੇ ਜਿਸ ਤਰ੍ਹਾਂ ਤੂਫਾਨ ਵਾਲਿਆਂ ਨੂੰ ਜਿਹੜੇ ਜਿਨ੍ਹਾਂ ਦੇ ਘਰ ਢਹਿ ਗਏ ਸੀ ਜਲਾਲਾਬਾਦ ਅਤੇ ਫਿਰੋਜ਼ਪੁਰ ਜ਼ਿਲ੍ਹੇ 'ਚ, ਉਹਨਾਂ ਸਾਰਿਆਂ ਨੂੰ ਮੁਆਵਜ਼ਾ ਮਿਲਿਆ। ਉਸ ਤਰਜ਼ ਦੇ ਉੱਤੇ ਇਹਨਾਂ ਪਰਿਵਾਰਾਂ ਨੂੰ ਵੀ, ਸਾਡੇ ਇਲਾਕੇ 'ਚ ਹੋਰ ਵੀ ਜਿਹੜੇ ਕੋਈ ਪਿੰਡਾਂ 'ਚ ਨੁਕਸਾਨ ਹੋਇਆ ਸਾਰਿਆਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ। ਅਸੀਂ ਇੱਥੋਂ ਨੇੜੇ ਰਹਿੰਦੇ ਹਾਂ ਜੀ। ਇਹ ਜਿਹੜੀ ਜੀ ਮੈਂ ਨਾਈ ਵਾਲੇ ਤੋਂ ਸੜਕ ਜਾਂਦੀ ਹੈ ਆਪਣੇ ਰੈਸਰ ਨੂੰ, ਉਹ ਸੜਕ ਦੇ ਉੱਤੇ ਰਹਿੰਦੇ ਆ ਨੇੜੇ, ਸੈੱਡ ਇਹਨਾਂ ਦਾ ਪਾਇਆ ਸੀ, ਉਹ ਢਹਿ ਗਿਆ ਜੀ ਤੂਫਾਨ ਦੇ ਕਾਰਨ। ਡੰਗਰ ਕਈ ਮਰ ਚੁੱਕੇ, ਬਾਕੀ ਜ਼ਖਮੀ ਹੋਏ ਪਏ ਜੀ। ਮੰਗ ਤਾਂ ਸਰਕਾਰ ਤੋਂ ਇਹ ਕਰਦੇ ਹਾਂ ਵੀ ਜਿਹੜਾ ਇਹ ਨੁਕਸਾਨ ਹੋਇਆ, ਇਹ ਸਹਾਇਕ ਧੰਦਾ ਜੀ ਖੇਤੀਬਾੜੀ ਨਾਲ ਬਣਾਇਆ ਸੀ, ਇਹ ਸਾਡਾ ਸਹਾਇਕ ਧੰਦਾ ਫੇਲ ਹੋ ਗਿਆ। ਇਹਦੇ ਰੋਟੀ ਰੋਜੀ ਤੁਰਦੀ ਸੀ ਇਹਦੀ, ਤਰਲੋਚਨ ਸਿੰਘ ਦੀ, ਹੁਣ ਇਹ ਕੰਮ ਇਹਦਾ ਬਹੁਤ ਜ਼ਿਆਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਮਦਦ ਦੀ ਮੰਗ ਕਰਦੇ ਹਾਂ ਜੀ, DC ਨੂੰ ਵੀ ਮੰਗ ਪੱਤਰ ਦੀ ਮੰਗ, ਬਾਕੀ ਇਹ ਸਾਰੇ ਆਲੇ ਦੁਆਲੇ ਦੇ ਅਸੀਂ ਵੀ ਲੋਕ ਇਹਨਾਂ ਦੀ ਮਦਦ ਕਰਾਂਗੇ ਤਾਂ ਇਹ ਕਿਸਾਨ ਖੜਾ ਹੋਊਗਾ। ਬਹੁਤ ਭਾਰੀ ਨੁਕਸਾਨ ਹੋ ਗਿਆ ਜੀ ਇਹਦਾ। ਰਾਤ ਜਿਹੜਾ 11-12 ਵਜੇ 11 ਕੁ ਵਜੇ ਤੂਫਾਨ ਆਇਆ ਜੀ, ਉਸਨੇ ਇਹ ਸਾਰਾ ਮੇਰਾ ਸ਼ੈੱਡ ਢਹਿ ਢੇਰੀ ਕਰਤਾ, ਜਿਹਦੇ ਵਿੱਚ 3-4 ਮੱਝਾਂ ਤਾਂ ਦੀ ਮੌਤ ਹੋ ਗਈ, ਬਾਕੀ ਸਾਰਾ ਸੈੱਡ ਖਤਮ ਕਰਤਾ, ਜੋ ਕਿ ਬਹੁਤ ਨੁਕਸਾਨ ਹੋਇਆ। ਪਸ਼ੂਆਂ ਦੇ ਆਮ ਸੱਟਾਂ ਵੱਜੀਆਂ, ਬਹੁਤ ਜ਼ਿਆਦਾ ਨੁਕਸਾਨ ਹੋਇਆ, ਜਿਹਦਾ ਤਕਰੀਬਨ 12-15 ਲੱਖ ਰੁਪਈਏ ਤੱਕ ਨੁਕਸਾਨ ਮੇਰਾ ਹੋ ਚੁੱਕਿਆ। ਮੇਰਾ ਦੁੱਧ ਜ਼ਿਆਦਾ ਗੁਜ਼ਾਰਾ ਦੁੱਧ 'ਤੇ ਹੀ ਚੱਲਦਾ ਜੀ, ਮੇਰੀ ਡੇਅਰੀ ਪਾਈ ਵੀ ਆ, ਮੈਂ 25-30 ਸਾਲ ਤੋਂ ਜਿੱਦਾਂ ਦਾ ਕੰਮ 'ਚ ਪਿਆ, ਮੈਂ ਡੇਅਰੀ ਦਾ ਹੀ ਕੰਮ ਕਰਦਾ। ਇਹਦਾ ਕਰਕੇ ਵੀ ਮੈਂ ਬੇਨਤੀ ਕਰਦਾ ਸਰਕਾਰ ਨੂੰ ਵੀ ਮੈਨੂੰ ਮੇਰਾ ਮੁਆਵਜ਼ਾ ਦਿੱਤਾ ਜਾਵੇ, ਸਹਾਇਤਾ ਕੀਤੀ ਜਾਵੇ। ਸਾਰੇ ਡਿੱਗਿਆ ਪਿਆ ਜੀ, ਤੁਹਾਨੂੰ ਦੱਸ ਹੀ ਰਿਹਾ, ਕੁਛ ਵੀ ਨਹੀਂ ਰਿਹਾ। ਜ਼ਿਆਦਾ ਨੁਕਸਾਨ ਹੋ ਗਿਆ ਜੀ, 70-80 ਕਿੱਲੇ ਤਾਂ ਮੂੰਗੀ ਦੇ ਵਿਜੇ ਹੋਏ ਸੀ, ਅਤੇ ਮੱਕ ਵਿਜਿਆ ਹੋਇਆ ਸੀ ਜੀ। ਇੱਥੇ ਵੀ ਜ਼ਿਆਦਾ ਸੀਗਾ ਕੁਛ? ਹਾਂਜੀ ਹਾਂਜੀ, ਇੱਥੇ ਸਾਰੇ ਆਹ ਮੰਨ ਕੇ ਚਲੋ ਵੀ ਮੱਕ ਅਤੇ ਮੂੰਗੀ ਸੀ ਜੀ। ਅੱਛਾ, ਹਾਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਇਹ ਰਾਤ ਪਤਾ ਲੱਗਿਆ ਸੂਏ ਦਾ ਜਾਂ ਸਵੇਰੇ ਪਤਾ ਲੱਗਿਆ? ਇਹਦਾ ਸਵੇਰੇ ਪਤਾ ਲੱਗਿਆ ਜੀ, ਤੜਕੇ 4:30-4 ਵਜੇ ਪਤਾ ਲੱਗਿਆ ਜੀ ਸੂਏ ਦਾ। ਠੀਕ। ਜਗ੍ਹਾ ਬ੍ਰਾਂਚ ਦਾ ਰਜਵਾਹਾ ਜੋ ਸੂਆ ਚੱਲਦਾ ਸੀ ਉਹ ਟੁੱਟ ਗਿਆ ਹੈ। 11987 ਨੰਬਰ ਮੋਗੀ ਦੇ ਵਿੱਚ ਬਹੁਤ ਵੱਡਾ ਪਾੜ ਪਿਆ, ਜਿਸ ਦਾ ਸਾਨੂੰ ਬਹੁਤ ਵੱਡਾ ਨੁਕਸਾਨ ਕਰਨਾ ਪਊਗਾ ਅਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ। ਨਹਿਰੀ ਮਹਿਕਮੇ ਵਾਲਿਆਂ ਦੇ ਕੁਛ ਮੁਲਾਜ਼ਮ ਇੱਥੇ ਮੌਜੂਦ ਹਨ,
ਸੋ ਕਿਰਪਾ ਕਰਕੇ ਇਹਨਾਂ ਨੂੰ ਬੈਗ ਵਗੈਰਾ ਜੋ ਵੀ ਸਮਾਨ ਸਾਨੂੰ ਜ਼ਮੀਨ ਦਾ ਟੱਕ ਬੰਦ ਕਰਨ ਵਾਸਤੇ ਲੋੜੀ ਦਾ ਹੈ ਤਿਆਰ ਰਹਿਣਾ ਚਾਹੀਦਾ ਹੈ ਭੇਜਣ ਦੀ ਕਿਰਪਾਲਤਾ ਕਰਨੀ ਸਾਡੇ ਰੇਲਵੇ ਦਾ ਨਾਲ ਵੀ ਨੁਕਸਾਨ ਹੋਣ ਦਾ ਬਹੁਤ ਵੱਡਾ ਚਾਂਸ ਹੈ ਸਾਡੇ ਸੂਬੇ ਦੇ ਨਾਲ ਜੋ ਜਿੱਥੇ ਸੂਬਾ ਟੁੱਟਿਆ ਹੈ ਉਸ ਜ਼ਿਮੀਂਦਾਰ ਦਾ ਨੁਕਸਾਨ 5-7 ਕਿੱਲਿਆਂ ਦਾ ਰੇਤ ਪੈਣ ਕਾਰਨ ਪਾੜ ਪੈਣ ਕਾਰਨ ਬਹੁਤ ਜ਼ਿਆਦਾ ਹੋ ਗਿਆ ਹੈ ਸੋ ਮੌਕੇ 'ਤੇ ਸੂਬਾ ਟੁੱਟ ਗਿਆ ਹੁਣ ਆਪਾਂ ਇਹਨਾਂ ਵੱਲੋਂ ਗੱਟੇ ਵਗੈਰਾ ਦਾ ਇੰਤਜ਼ਾਮ ਕਰ ਆ ਰਹੇ ਜੀ ਗੱਟੇ ਵੀ ਆ ਰਹੇ ਨੇ ਬੈਗ ਲੋਕ ਜ਼ਿਮੀਂਦਾਰ ਵੱਲੋਂ ਸਟਾਫ ਵੱਲੋਂ ਕੀਤਾ ਜਾ ਰਿਹਾ ਨੱਕਾ ਮੌਕੇ 'ਤੇ ਬੰਦ ਕਰਨ ਦੀ ਕੋਸ਼ਿਸ਼ ਉਪਰਾਲੇ ਕੀਤੇ ਜਾ ਰਹੇ ਨੇ ਜੀ ਵਿਭਾਗ ਵੱਲੋਂ ਕੀ ਇੰਤਜ਼ਾਮ ਹੋਇਆ ਸਰ ਵਿਭਾਗ ਵੱਲੋਂ ਹੁਣ ਥਰਮਲ ਪਲਾਂਟ ਆਪਣੇ ਪੈਂਦੇ ਜੀ ਇੱਥੇ ਜੀ ਬ੍ਰਾਂਚ ਦੇ ਉੱਪਰ ਇਹਨਾਂ ਵੱਲੋਂ ਵੀ ਅਸੀਂ ਗੱਟੇ ਬੈਗ ਮੁਹੱਈਆ ਕਰਾਏ ਨੇ ਬੈਗ ਪ੍ਰਤੀਨਿਧੀ ਤੌਰ 'ਤੇ ਕਿਸੇ ਹੋਰ ਪਾਸੇ ਵੀ ਮੈਨੇ ਇੰਤਜ਼ਾਮ ਕੀਤੇ ਨੇ 300-400 ਗੱਟਾ ਆ ਰਿਹਾ ਇੱਥੇ ਨਾਲ ਹੀ